ਕਦੀ ਕਦੀ ਆਪਣੇ ਵਿਦਿਆਰਥੀਆਂ ਨੂੰ ਉਦਾਹਰਣ ਦਿਆ ਕਰਦਾ। ਮੈਨੂੰ ਪੁੱਛਿਆ ਜਾਂਦਾ ਹੈ ਵੀ ਚਮਤਕਾਰ ਹੁੰਦੇ ਨੇ, ਕਰਾਮਾਤਾਂ ਹੁੰਦੀਆਂ ਨੇ। ਮੈਂ ਕਹਿੰਦਾ ਵੀ ਬੱਚਿਓ ਤੁਸੀਂ ਅੱਜ ਨਹੀਂ ਮੰਨਦੇ ਵੀ ਚਮਤਕਾਰ ਹੁੰਦੇ ਨੇ, ਨਾ ਮੰਨੋ। ਮੈਂ ਤਾਂ ਮੰਨਦਾ ਕਿ ਚਮਤਕਾਰ ਦਿਨ ਰਾਤ ਹੁੰਦੇ ਨੇ, ਅੱਜ ਵੀ ਹੋ ਰਹੇ ਨੇ। ਤੋ ਇੱਕ ਚਮਤਕਾਰ ਦਾ ਜ਼ਿਕਰ ਪੁਰਾਣੀ ਬਾਈਬਲ ਦੇ ਵਿੱਚ ਆਉਂਦਾ ਯਹੂਦੀਆਂ ਦਾ ਮੌਜੂਦ ਨਾਲ, ਜਿਵੇਂ ਸਿੱਖਾਂ ਦਾ ਸ਼ਿਕਾਰ ਹੋ ਰਿਹਾ ਸੀ 18ਵੀਂ ਸਦੀ ਚ, ਉਸੇ ਤਰ੍ਹਾਂ ਹੀ 2000 ਸਾਲ ਪਹਿਲਾਂ ਯਹੂਦੀਆਂ ਦਾ ਸ਼ਿਕਾਰ ਹੋ ਰਿਹਾ ਸੀ ਮਿਸਰ ਚ। ਮੌਜੂਦ ਨੇ ਫੈਸਲਾ ਕੀਤਾ ਕਿ ਆਪਾਂ ਬਚ ਕੇ ਨਿਕਲਾਂਗੇ ਇਸ ਜ਼ਾਲਮ ਹਕੂਮਤ ਤੋਂ। ਕਹਿੰਦੇ ਨੇ ਕਿ ਤਕਰੀਬਨ 40,000 ਦਾ ਕਾਫਲਾ ਸੀ ਇਹ। ਬਾਈਬਲ ਚ ਲਿਖਿਆ ਹੋਇਆ ਪੈਗੰਬਰ ਨੇ ਹੁਕਮ ਦਿੱਤਾ ਕਿ ਅਮਾਵਸ ਦੀ ਹਨੇਰੀ ਰਾਤ ਨੂੰ ਆਪੋ ਆਪਣੇ ਘਰਾਂ ਚੋਂ ਨਿਕਲਣਾ। ਬਾਈਬਲ ਦਾ ਅਗਲਾ ਵਾਕ ਲਿਖਿਆ ਸਾਰੇ ਸੰਸਾਰ ਵਿੱਚ, ਕਿਉਂਕਿ ਚੰਦਰਮਾ ਗਾਇਬ ਸੀ, ਅਮਾਵਸ ਸੀ, ਹਰੇਕ ਘਰ ਵਿੱਚ ਹਨੇਰਾ ਸੀ, ਸਿਰਫ ਯਹੂਦੀਆਂ ਦੇ ਘਰਾਂ ਚ ਚਾਨਣ ਸੀ, ਕਿਉਂਕਿ ਯਹੂਦੀਆਂ ਨੂੰ ਉਹਨਾਂ ਦਾ ਪੈਗੰਬਰ ਮਿਲ ਗਿਆ ਹੋਇਆ ਸੀ। ਜਿਨ੍ਹਾਂ ਨੂੰ ਪੈਗੰਬਰ ਮਿਲ ਜਾਣ, ਗੁਰੂ ਮਿਲ ਜਾਣ, ਉਹਨਾਂ ਦੇ ਘਰਾਂ ਚ ਕਦੇ ਹਨੇਰਾ ਨਹੀਂ ਹੁੰਦਾ। ਅੱਧੀ ਰਾਤ ਨੂੰ ਨਿਕਲੇ, ਬਾਦਸ਼ਾਹ ਨੂੰ ਸਵੇਰ ਸਾਰ ਪਤਾ ਲੱਗਿਆ, ਆਪਣੀ ਫੌਜ ਪਿੱਛੇ ਲਾ ਲਈ। 40,000 ਦਾ ਕਾਰਵਾਂ ਜਾ ਰਿਹਾ, ਅੱਗੇ ਲਾਲ ਸਾਗਰ ਆ ਗਿਆ, ਅੱਗੇ ਸਮੁੰਦਰ, ਪਿੱਛੇ ਦੁਸ਼ਮਣ ਦੀ ਫੌਜ। ਸਾਰੇ ਡਰੇ ਹੋਏ, ਸਾਰਿਆਂ ਨੇ ਕਿਹਾ ਨਬੀ ਹੁਣ ਸਾਡਾ ਰਾਖਾ ਤੂੰ ਹੈ, ਸਾਨੂੰ ਬਚਾਓ। ਪੈਗੰਬਰ ਨੇ ਫਰਮਾਇਆ ਆਪਣੇ ਕੋਲ ਅਰਦਾਸ ਤੋਂ ਇਲਾਵਾ ਹੋਰ ਕੁਛ ਨਹੀਂ, ਅਰਦਾਸ ਕਰਾਂਗੇ। ਰੱਬ ਅੱਗੇ ਅਰਦਾਸ ਕੀਤੀ, ਪਿਤਾ ਇਹ ਤੇਰੀ ਚੁਣੀ ਹੋਈ ਕੌਮ ਹੈ, ਤੇਰੀ ਸੰਤਾਨ, ਇਹਨੂੰ ਤੂੰ ਹੀ ਬਚਾ ਸਕਦਾ, ਸੰਸਾਰ ਚ ਹੋਰ ਕੋਈ ਨਹੀਂ ਹੁਣ ਬਚਾ ਸਕਦਾ, ਅੱਗੇ ਸਮੁੰਦਰ, ਪਿੱਛੇ ਫੌਜ। ਅਸਮਾਨ ਚੋਂ ਆਵਾਜ਼ ਆਈ ਆਪਣੀ ਸੋਟੀ ਸਮੁੰਦਰ ਨੂੰ ਛੁਹਾਓ, ਸਮੁੰਦਰ ਰਸਤਾ ਦਏਗਾ। ਪੈਗੰਬਰ ਮੌਜੂਦ ਨੇ ਸੋਟੀ ਸਮੁੰਦਰ ਨੂੰ ਛਹਾਈ, ਸਮੁੰਦਰ ਦੋ ਹਿੱਸਿਆਂ ਚ ਵੰਡਿਆ ਗਿਆ। ਮਾਣਯੋਗ ਸਾਧ ਸੰਗਤ, ਯਹੂਦੀਆਂ ਦੀ ਕੌਮ ਸੰਸਾਰ ਚ ਸਭ ਤੋਂ ਵੱਧ ਪੜ੍ਹੀ ਲਿਖੀ ਕੌਮ ਹੈ, ਸਭ ਤੋਂ ਵੱਧ ਨੋਬਲ ਪ੍ਰਾਈਜ਼ ਵਿਦਿਆ ਦੇ ਖੇਤਰ ਚ, ਮੈਡੀਸਿਨ ਚ, ਇੰਜੀਨੀਅਰਿੰਗ ਚ ਯਹੂਦੀਆਂ ਨੇ ਜਿੱਤੇ ਨੇ। ਤੇ ਇਕੱਲਾ ਪੜ੍ਹਨ ਲਿਖਣ ਚ ਨਹੀਂ, ਓਲੰਪਿਕ ਦੇ ਤਗਮਿਆਂ ਦੀ ਗਿਣਤੀ ਵੀ ਕਰ ਲਿਆ ਉਹਨਾਂ ਦੇ ਮੁਕਾਬਲੇ ਤੇ, ਹੋਰ ਕਿਹੜੀ ਕੌਮ ਕੋਲ ਨੇ। ਉਹ ਯਹੂਦੀ ਆਹ ਸਾਖੀ ਹੈ ਜਿਹੜੀ ਮੈਂ ਤੁਹਾਨੂੰ ਦੱਸਦਾ, ਇਹ ਸਾਖੀ ਦਾ ਕਿਵੇਂ ਸੁਣਾਉਂਦੇ ਨੇ ਤੇ ਕਿਵੇਂ ਪੜ੍ਹਦੇ ਨੇ। ਸਮੁੰਦਰ ਦੋ ਹਿੱਸਿਆਂ ਚ ਵੰਡ, ਦੁਨੀਆਂ ਚ ਕੋਈ ਸਾਇੰਸ ਨਹੀਂ ਸਿੱਧ ਕਰ ਸਕਦੀ ਵੀ ਹਵਾ ਵੰਡੀ ਜਾ ਸਕਦੀ ਹੈ ਜਾਂ ਪਾਣੀ ਵੰਡਿਆ ਜਾ ਸਕਦਾ, ਪਰ ਭਾਈ ਧਰਮ ਗ੍ਰੰਥ ਹੈ ਤੇ ਧਰਮ ਗ੍ਰੰਥ ਦੀ ਸਾਖੀ ਹੈ, ਇਹ ਮੰਨਦੇ ਨੇ ਉਹ। ਸਾਨੂੰ ਸੰਗ ਲੱਗਣ ਲੱਗ ਜਾਂਦੀ ਆਪਣੇ ਸਾਖੀਆਂ ਦਾ ਪਾਠ ਕਰਦੇ ਹਾਂ ਜਾਂ ਸੁਣਾਉਂਦੇ ਹਾਂ। ਸਮੁੰਦਰ ਤਾਂ ਦੋ ਹਿੱਸਿਆਂ ਚ ਵੰਡਿਆ ਗਿਆ, ਰਸਤਾ ਵਿਚਕਾਰ ਦੀ ਹੈ, ਲੇਕਿਨ ਕਿਸੇ ਦੀ ਹਿੰਮਤ ਨਹੀਂ ਪੈ ਰਹੀ ਵੀ ਲੰਘੀ ਇਹਦੇ ਵਿੱਚੋਂ ਦੀ। ਜੇ ਸਮੁੰਦਰ ਦੀਆਂ ਦੋਵੇਂ ਕੰਧਾਂ ਫੇਰ ਆਪਸ ਚ ਮਿਲ ਗਈਆਂ ਫਿਰ ਕੀ ਕਰਾਂਗੇ। ਡਰੇ ਖਲੋਤੇ ਨੇ, ਰਸਤਾ ਦਿਸ ਰਿਹਾ। 12 ਸਾਲ ਦਾ ਇੱਕ ਬੱਚਾ, ਉਹਦਾ ਨਾਂ ਹੈ ਨਕਸ਼ੋ, ਓਲਡ ਟੈਸਟਾਮੈਂਟ ਦਾ ਬੇਟਾ ਹੈ ਇਹ। 12 ਸਾਲ ਦਾ ਬੱਚਾ ਨਕਸ਼ੋ ਨੇੜੇ ਆਇਆ, ਪੈਗੰਬਰ ਦੇ ਕਦਮ ਛੂਹੇ ਆਪਣੇ ਹੱਥਾਂ ਨਾਲ ਕਿ ਦੌੜ ਪਿਆ। ਉਹ ਜਦੋਂ ਸਮੁੰਦਰ ਦੇ ਦੋ ਹਿੱਸਿਆਂ ਦੇ ਵਿਚਕਾਰ ਦੌੜਿਆ ਜਾਂਦਾ ਦੇਖ ਰਹੇ ਨੇ 12 ਸਾਲ ਦੇ ਨਕਸ਼ੋ ਨੂੰ, ਸਾਰਿਆਂ ਦੇ ਹੌਸਲੇ ਬੁਲੰਦ ਹੋ ਗਏ, ਸਾਰੇ ਲੰਘ ਗਏ। ਜਦੋਂ ਸਾਰੇ ਕਿਨਾਰਾ ਪਰਲੇ ਕਿਨਾਰੇ ਤੇ ਜਾ ਪਹੁੰਚੇ, ਸਮੁੰਦਰ ਫਿਰ ਮਿਲ ਗਿਆ। ਮਾਣਯੋਗ ਸਾਧ ਸੰਗਤ, 14 ਮਈ 1948 ਨੂੰ ਜਦੋਂ ਇਜ਼ਰਾਈਲ ਦੁਨੀਆਂ ਦੇ ਨਕਸ਼ੇ ਤੇ ਆ ਗਿਆ ਇੱਕ ਆਜ਼ਾਦ ਦੇਸ਼, ਪਾਰਲੀਮੈਂਟ ਬੈਠੀ, ਉਹਨਾਂ ਨੇ ਆਪਣਾ ਸਮੁੰਦਰੀ ਜਹਾਜ਼ ਬਣਾਇਆ, ਪਹਿਲਾ ਸਮੁੰਦਰੀ ਜਹਾਜ਼। ਪ੍ਰਾਈਮ ਮਿਨਿਸਟਰ ਦਾ ਨਾਂ ਸੀ ਬਿਨ ਗੁਰੀਓ। ਕਹਿੰਦਾ ਅੱਜ ਦੇ ਪਾਰਲੀਮੈਂਟ ਦੇ ਇਜਲਾਸ ਦੇ ਵਿੱਚ ਸਭ ਤੋਂ ਪਹਿਲੀ ਮਦਦ ਭਾਈਓ ਇਹ ਹੈ, ਮੈਂ ਤੁਹਾਡੇ ਤੋਂ ਇਹ ਪੁੱਛਣਾ ਕਿ ਆਪਾਂ ਜਹਾਜ਼ ਰਾਨੀ ਕਰਦੇ ਹੁੰਦੇ ਸੀ ਦੁਨੀਆਂ ਚ, ਸਾਡੇ ਵਰਗੇ ਮਲਾਹ ਕਿੱਥੇ ਸੀ, ਪਰ ਫਿਰ ਅਸੀਂ ਗੁਲਾਮ ਹੋ ਗਏ, ਅਸੀਂ ਭੁੱਲ ਗਏ ਕਿਸ਼ਤੀਆਂ ਚਲਾਉਣੀਆਂ।
ਹੁਣ ਸਾਡੇ ਨਸੀਬਾਂ ਚ ਪੈਗੰਬਰਾਂ ਨੇ ਇੱਕ ਦੇਸ਼ ਦੇ ਦਿੱਤਾ, ਹੁਣ ਆਪਾਂ ਇੱਕ ਸਮੁੰਦਰੀ ਜਹਾਜ਼ ਬਣਾ ਲਿਆ। ਹੁਣ ਮੈਂ ਪਾਰਲੀਮੈਂਟ ਤੋਂ ਇਹ ਪੁੱਛਣਾ ਕਿ ਆਪਾਂ ਉਹਦਾ ਨਾਂ ਕੀ ਰੱਖੀਏ? ਸਾਰੀ ਪਾਰਲੀਮੈਂਟ ਕਹਿੰਦੀ ਨਕਸ਼ੋਂ। ਉਹ ਉਸੇ ਨੇ ਤਾਂ ਬਚਾਇਆ ਸੀ ਸਾਨੂੰ, ਉਹੀ ਅੱਗੋਂ ਨੂੰ ਬਚਾਏਗਾ, ਉਹੀ ਦੁਨੀਆਂ ਨੂੰ ਬਚਾਏਗਾ। ਇਸ ਕਰਕੇ ਸਮੁੰਦਰੀ ਜਹਾਜ਼ ਦਾ ਨਾਂ ਨਕਸ਼ੋਂ ਰੱਖੋ। ਅੱਜ ਤੱਕ ਉਹ ਜਹਾਜ਼ ਚੱਲ ਰਿਹਾ ਮਾਨਯੋਗ ਸਾਧ ਸੰਗਤ ਲਾਲ ਸਾਗਰ ਦੇ ਪਾਣੀਆਂ ਚ, ਨਕਸ਼ੋਂ ਹੈ ਉਹਦਾ ਨਾਂ। ਸਾਨੂੰ ਕਿਉਂ ਸੰਗਤ ਆਉਂਦੀ ਹੈ ਸਾਡੇ ਵਡੇਰਿਆਂ ਦੀਆਂ ਕਰਾਮਾਤਾਂ ਤੋਂ? ਮੰਨਦੇ ਨੀ ਹੁਣ, ਕਹਿੰਦੇ ਜੀ ਪੰਜਾ ਲਾ ਹੀ ਨਹੀਂ ਸਕਦੇ। ਮਜਣੀ ਇਹ ਗੱਲ ਸਾਡੇ ਵਿਰੋਧੀ ਸਾਡੇ ਨਿੰਦਕ ਤਾਂ ਕਹਿਣ, ਮੈਂ ਇਹਨਾਂ ਮਿਸ਼ਨਰੀਆਂ ਨੂੰ ਕਹਿੰਦਾ ਹੁੰਦਾ ਮਾਨਯੋਗ ਸਾਧ ਸੰਗਤ ਕਿ ਮਿਸ਼ਨਰੀ ਭਾਈਓ, ਜਿਹੜੇ ਵਿਦਵਾਨ ਹੁੰਦੇ ਨੇ ਤੇ ਮਿਸ਼ਨਰੀ ਹੁੰਦੇ ਨੇ, ਇਹ ਗੁਰੂ ਮਹਾਰਾਜ ਦੇ ਬਗੀਚੇ ਦੇ ਮਾਲੀ ਹੁੰਦੇ ਨੇ। ਇਹਨਾਂ ਨੇ ਫਾਲਤੂ ਕਬਾੜਾ ਕੱਢਣਾ ਹੁੰਦਾ ਬਾਗ ਚੋਂ। ਤੁਸੀਂ ਗੁਰੂ ਮਹਾਰਾਜ ਦੇ ਬਾਗ ਚੋਂ ਫਲਦਾਰ ਤੇ ਫੁੱਲਦਾਰ ਬੂਟੇ ਪੁੱਟੀ ਜਾਂਦੇ ਹੋ, ਹਟਦੇ ਨਹੀਂ ਹੋ। ਹਰ ਗੱਲ ਚ ਨਿਤਨੇਮ ਦੀਆਂ ਬਾਣੀਆਂ ਤੇ ਸ਼ੱਕ, ਦਸਮ ਗ੍ਰੰਥ ਤੇ ਸ਼ੱਕ, ਅੰਮ੍ਰਿਤ ਤੇ ਸ਼ੱਕ, ਹਰ ਚੀਜ਼ ਤੇ ਸ਼ੱਕ। ਉਹ ਕੌਮਾਂ ਜਿਹੜੀਆਂ ਆਪਣੇ ਵਡੇਰਿਆਂ ਦੇ ਉੱਪਰ ਇਤਬਾਰ ਕਰਦੀਆਂ ਨੇ, ਉਹ ਕੌਮਾਂ ਤਰ ਜਾਂਦੀਆਂ ਨੇ। ਜੇ ਆਪਾਂ ਨੂੰ ਨਹੀਂ ਅਜੇ ਪਤਾ ਲੱਗਿਆ ਤਾਂ ਆਪਾਂ ਆਪਣੇ ਵਡੇਰਿਆਂ ਤੋਂ ਸਿੱਖ ਲਈਏ।